ਮੋਬਾਈਲ ਜਿਸ ਵੇਲੇ ਸਮਾਜ ਵਿੱਚ ਆਇਆ ਤੇ ਭਈ ਆਪਣਾ ਪਹਿਲਾ ਟਾਵੇਂ-ਟਾਵੇਂ ਕਰੇਗਾ ਹੁੰਦਾ ਹਾ ਔਰ ਜਿਹੜਾ ਪਹਿਲਾ ਮੋਬਾਈਲ ਹਾ ਉਹਨਾਂ ਇੰਨਾ ਸਿਆਪਾ ਨਹੀਂ ਲੋਕਾਂ ਦੇ ਕਰੇ ਚ ਪਾਇਦਾ ਜਿੰਨਾ ਹੁਣ ਪਿਆ ਕੀ ਕਿ ਉਹ ਪਹਿਲੇ ਨਿਕਹਰਾ ਮੋਬਾਈਲ ਹੁੰਦਾ ਹਾ ਉਹਦੇ ਉੱਪਰ ਨਾ ਕੋਈ ਫੋਟੋ ਆਉਂਦੇ ਨਾ ਕੋਈ ਉਸ ਵੇਲੇ 4G ਪਤਾ ਨਹੀਂ 5G 3G ਪਤਾ ਨਹੀਂ ਇਹ ਕਿਹ ਕਿਹ ਨਵੇਂ-ਨਵੇਂ ਜੀ ਆਇਨ ਔਰ ਜਦੋਂ ਆਦੇ ਜੀ ਆਇਨ ਨਾ ਯਕੀਨ ਕਰਿਓ ਮੋਬਾਈਲ ਨੇ ਦਾ ਜਿਹੜਾ ਆਕਾਰ ਹੈ ਏਡਾ ਡਾ ਲੰਮਾ ਹੂਈ ਔਰ ਜੀਂਆਂ ਜੀਂਆਂ ਮੋਬਾਈਲੇ ਦਾ ਆਕਾਰ ਲੰਮਾ ਉਹ ਆਦਾ ਇੰਨੀ ਨਹੀਂ ਲੰਮੀ ਜੀ ਹੁਣ ਜੀਬ ਵੀ ਲੰਮੀ ਲੈ ਪਈ ਦੀ ਹੁਣ ਮੈਂ ਤੁਸੇ ਨਹੀਂ ਦੱਸਾਂ ਕੀ ਕੀ ਆਸ ਗਰਾਏ ਪਿੰਡੇ ਚ ਰਹੌਣ ਨਹੀਂ ਆਤੇ ਆਸੇ ਕੀ ਰੋਜ ਹੀ ਨਹੀਂ ਨਵੇਂ ਨਵੀਆਂ ਜਿਹੜੀਆਂ ਚੀਜ਼ਾਂ ਉਹ ਸਾਹਮਣੇ ਲੱਭੀ ਜਾਂਦੀਆਂ ਨਾ ਹੁਣ ਸਾਡੇ ਗਰਾਏ ਚ ਵੀ ਜਿਹੜੇ ਸਾਰੀਆਂ ਗ੍ਰੈਣੀਆਂ ਮਹਿਲਾਣ ਉਹਨੇ ਦੀ ਵੀ ਮੋਬਾਈਲ ਤੋਂ ਹੀ ਹੈ ਪਹਿਲਾਂ ਤੇ ਚਲੋ ਇਹ ਹਾ ਭਾਈ ਕੰਮ ਕਾਜ ਕਰਨਾ ਹੁੰਦਾ ਹਾ ਇਧਰ ਜੇ ਕਿਸੇ ਦਾ ਕੋਈ ਸੁਨੇਹਾ ਪੱਤਰ ਦੇਣਾ ਹੁੰਦਾ ਤੇ ਕੋਟਾਵਰਾ ਚਾਂਕ ਮਾਰੀ ਹੈ ਉਹਨਾਂ ਬਾਜ ਮਾਰ ਲੈਣੀ ਭਾਈ ਜੇ ਟੋਕਰੀ ਸੁੱਟਣ ਜਾਣਾ ਤੇ ਚਲੋ ਭਾਈ ਕਿੱਥੇ ਜੰਨੇ ਆ ਕਿ ਆਮ ਰਵਾਜ ਹੈ ਗਰਾਹਾਂ ਚ ਕਿ ਕੋਈ ਟੋਕਰੀ ਸੁੱਟਣ ਜਾਣਾ ਹੋਇਆ ਜਾਂ ਕੋਈ ਪਾਣੀ ਵਾਲੀ ਥਾਰ ਨਹਿਰੇ ਜਾਂ ਸੂਏ ਪਰ ਕੋਲਿਆਂ ਪਰ ਕੋਈ ਟੱਲੇ ਤੋਂ ਜਾਣ ਜਾਣਾ ਹੋਇਆ ਤੇ ਸਾਰੀਆਂ ਕਿੱਟੀਆਂ ਜਾਂਦੀਆਂ ਹੀ ਆ ਤੇ ਇੱਕ ਸਲਾਹ ਹੁੰਦੀ ਔਰ ਜਿਸ ਵੇਲੇ ਸਲਾਹ ਹੁੰਦੀ ਚਾਰ ਜੀਵ ਜਿਹੜਾ ਕਿੱਠੇ ਬੌਂਦੇ ਹੈ ਤੇ ਕਈ ਚੀਜ਼ਾਂ ਜਿਹੜੀਆਂ ਨਾਲ ਆਪਣਾ ਪਨ ਵੀ ਮਹਿਸੂਸ ਹੁੰਦਾ ਉਹਨਾਂ ਜੰਗਾਂ ਦਾ ਮੋਬਾਈਲ ਆਈ ਇਹਦਾ ਯਕੀਨ ਕਰਿਓ ਉੱਪਰਲੇ ਛੱਤਾ ਪਰ ਅਗਰ ਨਿਆਣੇਨ ਤੇ ਮੌਰੀ ਹੁਣੀਗੀ ਵੀ ਫੋਨ ਉੱਪਰ ਗਏ ਸੱਦੀਆਂ ਆਈ ਆਓ ਖਾਲ ਰੋਟੀ ਪੱਕੀ ਗਈ ਦੀ ਆ ਏ ਆ ਹਲੋਈ ਇਹਦੀ ਹੈ ਉਹਨ ਗਰਾਏ ਚ ਵੀ ਪਹਿਲੇ ਬਿਮਾਰੀ ਸ਼ਹਿਰੇ ਤਾਂ ਕਰਹੀ ਨਗਰੇ ਤਾਂ ਕਰਹੀ ਉਹਨੇ ਬਿਮਾਰੀ ਜਿਹੜੀ ਹੈ ਗਰਾਏ ਪਿੰਡੇ ਚ ਵੀ ਆਈ ਗਈ ਦੀ ਔਰ ਬੜੀ ਗੰਭੀਰ ਰੂਪ ਇਸ ਮੋਬਾਈਲ ਦੀ ਬਿਮਾਰੀ ਨੇ ਜਿਹੜੀ 5G ਬਿਮਾਰੀ ਹੈ ਇੰਨਾ 4G ਨਾ ਇੰਨਾ ਲੇਲੇ ਦਾ ਕੱਲਾ ਦੀ ਮੈਂ ਤੁਹਾਨੂੰ ਗੱਲ ਸੁਣਾ ਕੱਲ੍ਹ ਆ ਆਵਾ ਕਰਦੇ ਤੇ ਇੱਕ ਵਿਚਾਰੀ ਬਜ਼ੁਰਗ ਜਿਹੜੀ ਹੈ ਉਹ ਵੀ ਸਾਰੇ ਕੰਨ ਆਈ ਗਈ ਲਗੀ ਸਟੋਰੀਸ ਨਾਲ ਕੀ ਕੀ ਜੇਲਾ ਦੋ ਚਾਰ ਜਨਾਨੀ ਆ ਕੋਸੇ ਗੱਡੀ ਚ ਬੈਠੀ ਨਹੀਂ ਹੁੰਦੀਆਂ ਤੇ ਫਿਰ ਗੱਲਬਾਤ ਜਿਹੜੀ ਹੈ ਤੇ ਉਹ ਤੇ ਚੱਲਨੀ ਚੱਲਨੀ ਹੁੰਦੀ ਹੈ ਗੱਲਬਾਤ ਮੋਬਾਈਲ ਉਪਰ ਸ਼ੁਰੂ ਹੋਈਗੀ ਮਹਾਰਾਜ ਕਿ ਮੋਬਾਈਲ ਜਿਹੜਾ ਹੈ ਇਹਨਾਂ ਬੇੜਾ ਘਰ ਕਰੇ ਦੇ ਦਾ ਉਹਨਾਂ ਬਜ਼ੁਰਗ ਮਹਿਲਾ ਨੇ ਇੰਨੀਆਂ ਗੱਲਾਂ ਸੁਣਾਈਆਂ ਆਖਲੇ ਕੇਸ ਨਾ ਪਈ ਵੱਡੀ ਨੂੰ ਹੈ ਜਿਹੜੀ ਕੰਮ ਦੋ ਰੁਪਏ ਦਾ ਨਹੀਂ ਉਹਨ ਕਰਾ ਕਰਦੀ ਮੈਂ ਕਿਹਾ ਕੀ ਗੱਲ ਹੋਈਗੀ ਮਾਂ ਜੀ ਆਖਾ ਦੀ ਗੱਲ ਕੀ ਹੋਣੀ ਹੈ ਪੂਰੇ ਦਿਨ ਉਹ ਐਡਾ ਲੰਮਾ ਮੋਬਾਈਲ ਜੀ ਜਿਹੜਾ ਥੰਮੇ ਦਾ ਤੇ ਲੱਤਾ ਪਰ ਲੱਤੇ ਚਾੜੀ ਦੀ ਤੇ ਪਤਾ ਨਹੀਂ ਕੀ ਉਹ ਸੀ ਦੇਖਦੀ ਰਹਿੰਦੀ ਐ ਤੇ ਯਕੀਨ ਕਰਿਓ ਜਾਤ ਤਰਕਾਲੇ ਚ ਲੈ ਨੌਕਰੀ ਭਰਾਉਂਦਾ ਤੇ ਓਲੇ ਤੱਕ ਰੋਟੀ ਵੀ ਨਹੀਂ ਪੱਕੀਦੀ ਹੁੰਦੀ ਆਪੂ ਪੜੀ ਲਿਖੀ ਦੀ ਐ ਸ਼ੈਲ ਪੜੀ ਦੀ ਸ਼ੈਲ ਜਮਾਤਾ ਪੜੀ ਦੀ ਐ ਨਿਆਣੇ ਕੋਸਾ ਕੋਲ ਟਿਊਸ਼ਨ ਐ ਉਹਨਾਂ ਲਾਏ ਦੇ ਤੇ ਮੈਂ ਆਖਿਆ ਜੀ ਆਪੂ ਪੜੇ ਤੇ ਨਿਆਣੇ ਕੀ ਇਹ ਉਹਦੇ ਕੋਲ ਟਾਈਮ ਨਹੀਂ ਐ ਜੇ ਲੈ ਪੁੱਛੋ ਤੇ ਓਲੇ ਉਸੇ ਮੋਬਾਈਲ ਕੀ ਲੱਗੀ ਦੀ ਮੋਬਾਈਲ ਕੀ ਲੱਗੀ ਦੀ ਮੇਰੇ ਅਖੇ ਦੇ ਜਿਹੜੀ ਮੋਬਾਈਲ ਵਾਲੀ ਬਿਮਾਰੀ ਦੇ ਦੋਹੇ ਘਰ ਕੁਥੇ ਬਾੜੀ ਲਈ ਜਾਣੀ ਹੈ ਅੱਖ ਦੀ ਕੀ ਕਰਾਂ ਜਿਸ ਵੇਲੇ ਕੜਮਾਈ ਉਹੀ ਉਸ ਵੇਲੇ ਉਹ ਮੋਬਾਈਲ ਤੋਂ ਆ ਹੋਸੀ ਤੇ ਆਉਂਦਾ ਉਸ ਮੋਬਾਈਲ ਨਾਲ ਕਰਦਾ ਪੇੜਾ ਕਿਤੇ ਮੈਂ ਕਿਹਾ ਹੁਣ ਕੀ ਕਰਾਂ ਜੀ ਮੈਂ ਬੱਖਾ ਗੜੀ ਦੀ ਕਿੰਨੇ ਜੇਰ ਮਾਉ ਇਸ ਉਮਰੀ ਚ ਸੀ ਚੁੱਤੀ ਚੁੱਤੀ ਹੈ ਖਲਾਣੇ ਇਹ ਹਾਲ ਹੈ ਮੋਬਾਈਲ ਦਾ ਮੋਬਾਈਲ ਦਾ ਗਰਾਏ ਪਿੰਡੇ ਚ ਵੀ ਉਹ ਕਰਦਾ ਕੀ ਕਿ ਕੋਈ ਵੀ ਚੀਜ਼ ਜਿਹੜੀ ਬਣਦੀ ਹੈ ਉਸਦੇ ਫਾਇਦੇ ਬੜੇ ਹੁੰਦੇ ਪਰ ਜਿਸ ਵੇਲੇ ਆ ਸੋਦਾ ਗਲਤ ਇਸਤੇਮਾਲ ਕਰਗੇ ਉਹ ਨੁਕਸਾਨ ਹੋਣਾ ਸ਼ੁਰੂ ਹੋਈ ਹੁੰਦੀ ਔਰ ਦੇਖੋ ਮਤਾ ਚੇਰ ਮੋਬਾਈਲ ਹੈ ਕਿ ਪਹਿਲੇ ਤੇ ਇਹਾਂ ਪੇ ਤਾਰਾਂ ਲੱਗੀਆਂ ਨਹੀਂ ਹੁੰਦੀਆਂ ਫੋਨ ਦੀ ਤੇ ਫੋਨ ਵੀ ਬੜੇ ਮਹਿੰਗੇ ਜੇ ਤੁਸੀਂ ਜੰਮੂ ਸ਼ਹਿਰਾ ਚਾ ਕੋ ਸਾੰਬਾ ਜਾਂ ਹੀਰਾ ਨਗਰ ਜਾਂ ਕਟੂ ਹੈ ਜਾਂ ਕੋ ਨੂਰ ਜਾਂ ਘਟਰਾ ਕੁਦੇ ਵੀ ਫੋਨ ਕਰਨਾ ਹੁੰਦਾ ਤੇ ਰੁਪਿਆ 100 ਲੱਗ ਜਾਂਦਾ ਪਰ ਹੁਣ 100 ਰੁਪਏ ਦਾ ਤੁਸੀਂ ਚਾਰਜ ਕਰਾਇਦਾ ਤੇ ਲੰਡਨ ਅਮਰੀਕਾ ਜਿੱਥੇ ਮਰਜੀ ਗੱਲ ਕਰੋ ਇੰਨਾ ਸਸਤਾ ਹੋਈ ਇਹਦਾ ਲੇਕਿਨ ਅੱਛਾ ਹੈ ਕਿ ਲੋਕਾਂ ਕੀ ਸੁਵਿਧਾਤ ਹੋਈ ਪਰ ਇਸ ਸੁਵਿਧਾ ਦਾ ਜਿਹੜਾ ਦੁਰਪਯੋਗ ਹੈ ਉਹ ਲਗਾਤਾਰ ਹੋਆ ਕਰਦਾ ਹੈ ਉਹ ਤੋਂ ਦਿਖਾ ਕਰਦੇ ਹੋ ਕਿ ਬੱਚੇ ਦੇਖੋ ਉਹਨੇ ਵੀ ਮੋਬਾਈਲ ਹੱਥੇ ਪਗੜੇ ਦੇ ਤੇ ਦਿਖਾ ਕਰਦੇ ਅੱਖੀਆਂ ਪਰ ਇਹਦਾ ਅਸਰ ਪਾਉਂਦਾ ਦਿਮਾਗ ਉੱਪਰ ਇਹਦਾ ਅਸਰ ਪਾਉਂਦਾ ਔਰ ਇੱਕ ਜਿਹੜੀ ਆਦਤ ਹੈ ਉਹ ਇਹ ਬਣਾ ਕਰਦੀ ਹੈ ਇਹਦਾ ਫਾਇਦਾ ਜ਼ਰੂਰ ਲਾਓ ਪਰ ਇਸ ਦੀ ਆਦਤ ਨਹੀਂ ਬਣਾਓ ਐਸਾ ਨਹੀਂ ਹੋਇਆ ਕਿ ਬਾਕ ਹੋਣੇ ਦੀ ਵਾਰੀ ਆਈ ਹੈ